ਦੋਸਤੋ ਇਹ ਅਮਰੀਕਾ ਦਾ ਜਿਹੜਾ ਬਾਰਡਰ ਹੈ ਅਲਬਰਟਾ ਦੇ ਨਾਲ ਪੈਂਦਾ, ਕੈਲਗਰੀ ਦੇ ਨਾਲ ਪੈਂਦਾ, ਜਿਹੜਾ ਕੂਟਸ ਬਾਰਡਰ ਜਿਹਨੂੰ ਕਹਿੰਦੇ ਆ। ਉੱਥੇ ਇਹ ਅੱਜ ਦੇ ਹਾਲਾਤ ਹੈ ਦੋਸਤੋ, ਆਪਾਂ ਜਾ ਰਹੇ ਹਾਂ ਇਸ ਟਾਈਮ ਕੈਲਗਰੀ ਤੋਂ ਕੈਲੀਫੋਰਨੀਆ, ਔਰ ਕੈਲਗਰੀ ਤੋਂ ਜੋ ਬਾਰਡਰ ਪੈਂਦਾ ਹੈ ਕੂਟਸ ਸਵੀਟ ਗ੍ਰਾਸ ਬਾਰਡਰ, ਉੱਥੇ ਦੇ ਜੋ ਹਾਲਾਤ ਨੇ, ਉੱਥੇ ਜਾਣਦੇ ਨਹੀਂ ਜਾਣਦੇ ਨੇ, ਉਹ ਜੋ ਡਿਟੇਲ ਆ ਆਪ ਵੀਡੀਓ ਦੇ ਰਾਹੀਂ ਆਪਾਂ ਨਾਲ ਸਾਂਝੀ ਤੁਹਾਡੇ ਨਾਲ ਸਾਂਝੀ ਕਰਾਂਗੇ। ਕਿਉਂਕਿ ਪਤਾ ਇਹ ਲੱਗਿਆ ਸੀਗਾ ਕਿ ਇੱਕ ਲਾਈਨ ਜਿਹੜੀ ਆ ਉਹ ਚੱਲੂ, ਇੱਕ ਲਾਈਨ ਜਾਣਦੇ ਰਹੇ। ਹੋਪਫੁਲੀ ਜਦ ਤੱਕ ਆਪਾਂ ਹਫ਼ਤੇ ਤੱਕ ਵਾਪਿਸ ਆਵਾਂਗੇ ਤਦ ਤੱਕ ਸ਼ਾਇਦ ਦੂਸਰੀ ਲਾਈਨ ਵੀ ਖੁੱਲ ਜਾਏ ਜਾਂ ਮੇ ਬੀ ਪਰਮਾਨੈਂਟਲੀ ਖੋਲ੍ਹ ਦੇਣ। ਸੋ ਹਾਲ ਦੀ ਘੜੀ ਇੱਕ ਲਾਈਨ ਚਾਲੂ ਹੈ, ਬਾਕੀ ਆਪਾਂ ਬਾਰਡਰ 'ਤੇ ਪਹੁੰਚ ਕੇ ਦੇਖੋ। ਦੋਸਤੋ ਇਹ ਕੋਟਸ ਬਾਰਡਰ ਹੈ ਜਿੱਥੋਂ ਆਪਾਂ ਅਮੈਰੀਕਾ ਐਂਟਰ ਕਰਦੇ ਹਾਂ ਕੈਲਗਰੀ ਤੋਂ ਜਾਂਦੇ ਹੋਏ। ਦੋਸਤੋ ਇਹ ਅਮੈਰੀਕਾ ਦਾ ਜਿਹੜਾ ਬਾਰਡਰ ਹੈ ਅਲਬਰਟਾ ਦੇ ਨਾਲ ਪੈਂਦਾ, ਕੈਲਗਰੀ ਦੇ ਨਾਲ ਪੈਂਦਾ, ਜਿਹੜਾ ਕੂਟਸ ਬਾਰਡਰ ਜਿਹਨੂੰ ਕਹਿੰਦੇ ਆ। ਉੱਥੇ ਇਹ ਅੱਜ ਦੇ ਹਾਲਾਤ ਹੈ। ਸੋ ਅੱਜ 5 ਫਰਵਰੀ ਹੈ, 5 ਫਰਵਰੀ ਨੂੰ ਅਜੇ ਤੱਕ ਅਜੇ ਬਲੋਕੇਟ ਜਿਹੜੀ ਹੈ ਉਹ ਹੈਗੀ ਹੈ, ਤੁਸੀਂ ਦੇਖ ਸਕਦੇ ਹੋ। Yes, sir. How are you? Hey, buddy. How are you? Sorry good, for sir. The delay. No, it's okay. No problem. We're going to pull this red truck out in front of you. He's going to... Okay, no worries. We're parking him in front of the... No worries. In front of the police line. Okay. They're going to ask for your passport and your manifest. No worries. And then they'll let you through. Sure. Thank you so much. Thank you. How long did it take you to get through? It's hardly 10, 15 minutes. Okay. Yeah, it's fine. No worries. ਸਿੰਘੂ ਬਾਰਡਰ ਵਾਲਾ ਮਾਹੌਲ ਬਣਿਆ ਪਿਆ ਇੱਥੇ।
Hello, sir. How are you? Hello, man. Good, sir. Where are you heading? Going to Fresno, California. Fresno, California? Yes, sir. All right. You have a passport? There it is. Beautiful. Sure. Thank you, sir. Thanks so much. ਸਪੋਰਟਰ ਜਿਹਨੂੰ ਕਹਿੰਦੇ ਆ